ਮੈਂ ਸਿਕੰਦਰ ਸਿੰਘ, ਪੁੱਤਰ ਸਰਦਾਰ ਹਰਦੇਵ ਸਿੰਘ, ਪਿੰਡ ਕੋਟੜਾ ਕਲਾਂ, ਤਹਿਸੀਲ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਹਾਂ। ਅਤੇ ਸਾਡੇ ਪਿੰਡ ਦੇ ਵਿੱਚ ਇੰਨੀ ਜ਼ਿਆਦਾ ਸਮੱਸਿਆ ਆਈ ਚਿੱਟੇ ਮੱਛਰ ਦੀ ਅਤੇ ਵੈਟ ਫਲਾਈ ਦੀ, ਵੀ ਉਹ ਕਿਸੇ ਤੋਂ ਕੰਟਰੋਲ ਨਹੀਂ ਹੋ ਰਿਹਾ ਸੀ। ਅਸੀਂ ਹੋਰ ਵੀ ਕਈ ਕੰਪਨੀਆਂ ਦਵਾਈਆਂ ਵਰਤੀਆਂ ਪਰ ਸਾਨੂੰ ਉਹਦਾ ਰਿਜ਼ਲਟ ਨਹੀਂ ਮਿਲਿਆ। ਅਤੇ ਉਦੋਂ ਬਾਅਦ ਅਸੀਂ ਇਹ ਮੁੰਡਾ ਆਪਣਾ ਕੰਪਨੀ ਵਾਲਾ ਮਿਲਿਆ, ਉਹਦੇ ਨਾਲ ਅਸੀਂ ਇਹ ਦਵਾਈ ਛਿੜਕੀ, ਲੈਣੋ ਇਹ ਦਵਾਈ ਛਿੜਕੀ ਅਤੇ ਛਿੜਕਣ ਤੋਂ ਸਾਨੂੰ ਐਂ ਲੱਗਿਆ ਵੀ ਇਹ ਦਵਾਈ ਇਹਦਾ ਵੀ ਰਿਜ਼ਲਟ ਨਹੀਂ ਆਇਆ, ਰਿਜ਼ਲਟ ਨਹੀਂ ਆਇਆ ਸਾਨੂੰ ਆਖੀ ਵੀ ਦਵਾਈ ਦਾ ਵੀ ਮਾੜੀ ਆ, ਇਹਦਾ ਰਿਜ਼ਲਟ ਨਹੀਂ ਆਇਆ। ਜਦੋਂ ਅਸੀਂ ਪੰਜਵਾਂ ਛੇਵਾਂ ਦਿਨ ਹੋਇਆ ਅਤੇ ਸਾਨੂੰ ਫਿਰ ਹੌਸਲਾ ਜਿਹਾ ਹੋਇਆ ਵੀ ਮੱਛਰ ਦਾ ਕੁਛ ਕੰਟਰੋਲ ਹੋਇਆ, ਛੇਵੇਂ ਕੁ ਦਿਨ ਜਾ ਕੇ ਪੂਰਾ ਮੱਛਰ ਇਹਨੇ ਕੰਟਰੋਲ ਕੀਤਾ ਅਤੇ ਇਹਦਾ ਰਿਜ਼ਲਟ ਸਾਨੂੰ ਇੰਨਾ ਸੋਹਣਾ ਮਿਲਿਆ, ਘੱਟੋ ਘੱਟ ਵੀ ਸਾਨੂੰ ਮੁੜ ਕੇ 20-25 ਦਿਨ ਸਾਨੂੰ ਦਵਾਈ ਛਿੜਕਣ ਦੀ ਲੋੜ ਨਹੀਂ ਪਈ। ਦੂਜੀ ਗੱਲ, ਚਿੱਟੇ ਮੱਛਰ ਕੰਟਰੋਲ ਕਰਨ ਦੇ ਨਾਲ ਨਾਲ ਇਹਨੇ ਆਪਣਾ ਨਰਮੇ ਦੇ ਵਿੱਚ ਹਰਾਪਨ ਵੀ ਲਿਆਂਦਾ, ਪੱਤਿਆਂ ਦੇ ਉੱਪਰ ਹਰਾਪਨ ਆਇਆ, ਚਮਕ ਆਈ, ਜਿਹਦਾ ਨਰਮਾ ਸਾਨੂੰ ਸੋਹਣਾ ਲੱਗਣ ਲੱਗਿਆ। ਉਹਦੀ ਵਜ੍ਹਾ ਦੇ ਕਾਰਨ ਜਿਹੜੇ ਹੋਰ ਕਿਸਾਨ ਸੀ ਉਹ ਵੀ ਸਾਨੂੰ ਪੁੱਛਣ ਲੱਗੇ ਵੀ ਕਿਹੜੀ ਦਵਾਈ ਛਿੜਕੀ। ਅਸੀਂ ਫਿਰ ਉਹਨਾਂ ਨੂੰ ਆਪਣਾ ਲੀਟਰ ਵੀ ਦਿਖਾਇਆ ਵੀ ਆਹ ਲੈਣੋ ਸੋਮੀਟੋਮੋ ਕੰਪਨੀ ਦੀ ਇਹ ਦਵਾਈ ਅਸੀਂ ਛਿੜਕੀ ਹੈ, ਇਹਦਾ ਸਾਨੂੰ ਬਹੁਤ ਸੋਹਣਾ ਰਿਜ਼ਲਟ ਮਿਲਿਆ। ਉਹਨਾਂ ਨੇ ਵੀ ਫਿਰ ਇਹੀ ਦਵਾਈ ਛਿੜਕੀ। ਉਦੋਂ ਬਾਅਦ ਅਸੀਂ ਇਹਦੀ ਇੱਕ ਸਪਰੇਅ ਅਸੀਂ 20-25 ਦਿਨਾਂ ਬਾਅਦ ਦੁਬਾਰੇ ਫਿਰ ਰਿਪੀਟ ਕਰੀ, ਜਿਹਦਾ ਸਾਨੂੰ ਪੂਰਾ ਤਕੜਾ ਰਿਜ਼ਲਟ ਆਇਆ। ਅੱਜ ਐਤਕੀ ਵੀ ਅਸੀਂ ਇਹਦੀਆਂ ਦੋ ਸਪਰੇਹਾਂ ਕਰਾਂਗੇ ਅਤੇ ਜਿਹਦੇ ਨਾਲ ਸਾਨੂੰ ਪੂਰੀ ਸੱਲੀ ਹੈ ਦਵਾਈ ਅਤੇ ਲੈਣੋ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ।